ਅਨਮੋਲ ਗਗਨਮਾਨ ਜੀ ਅੱਜ ਪੂਰੇ ਸੱਜੇ ਹੋਏ ਨੇ। ਤੁਸੀਂ ਇਹ ਲਾਈਵ ਤਸਵੀਰਾਂ ਦੇਖ ਪਾ ਰਹੇ ਹੋ ਨਿਊਜ਼ 18 ਪੰਜਾਬ 'ਤੇ ਕਿ ਅਨਮੋਲ ਗਗਨਮਾਨ ਅੱਜ ਸ਼ਹਿਬਾਜ਼ ਸਿੰਘ ਸੋਹੀ ਜੀ ਦੇ ਨਾਲ ਅੱਜ ਲਾਵਾਂ ਲੈਣਗੇ। ਹੁਣ ਇਹ ਗੁਰਦੁਆਰਾ ਸਾਹਿਬ ਨਤਮਸਤਕ ਹੋ ਰਹੇ ਨੇ। ਤੁਸੀਂ ਤਸਵੀਰਾਂ ਦੇਖ ਪਾ ਰਹੇ ਹੋ ਐਕਸਕਲੂਸਿਵ ਨਿਊਜ਼ 18 ਪੰਜਾਬ 'ਤੇ ਕਿ ਅਨਮੋਲ ਗਗਨਮਾਨ ਵਿਆਹੀ ਜੋੜੇ ਵਿੱਚ ਪੂਰੇ ਤਿਆਰ ਨੇ। ਆ ਤੁਸੀਂ ਤਸਵੀਰਾਂ ਦੇਖ ਪਾ ਰਹੇ ਹੋ, ਤੁਸੀਂ ਤਸਵੀਰਾਂ ਦੇਖ ਪਾ ਰਹੇ ਹੋ ਕਿ ਅਨਮੋਲ ਗਗਨਮਾਨ ਕਿਸ ਤਰੀਕੇ ਦੇ ਨਾਲ ਅੱਜ ਵਿਆਹ ਦੇ ਬੰਧਨ ਵਿੱਚ ਅੱਜ ਬੱਝ ਜਾਣਗੇ। ਲਾਈਵ ਦੱਸੋ ਇਹਨਾਂ ਨਿਊਜ਼ 18 ਪੰਜਾਬ 'ਤੇ ਤੁਸੀਂ ਦੇਖ ਪਾ ਰਹੇ ਹੋ ਕਿ ਅਨਮੋਲ ਗਗਨਮਾਨ ਜੀ ਗੁਰਦੁਆਰਾ ਸਾਹਿਬ ਨਤਮਸਤਕ ਹੋ ਚੁੱਕੇ ਨੇ, ਜਿੱਥੇ ਹੁਣੇ ਸ਼ਹਿਬਾਜ਼ ਸਿੰਘ ਸੋਹੀ ਜੀ ਦੇ ਨਾਲ ਲਾਵਾਂ ਲੈਣਗੇ। ਸੋਹੀ ਖਾਨਦਾਨ ਦੀ ਅੱਜ ਨੂੰ ਬਣਨ ਜਾ ਰਹੇ ਨੇ ਅਨਮੋਲ ਗਗਨਮਾਨ। ਤੁਸੀਂ ਲਾਈਵ ਤਸਵੀਰਾਂ ਨਿਊਜ਼ 18 ਪੰਜਾਬ 'ਤੇ ਦੇਖ ਰਹੇ ਹੋ। ਵਿਆਹੀ ਜੋੜੇ ਵਿੱਚ ਪੂਰੇ ਸੱਜੇ ਹੋਏ ਨੇ ਅਨਮੋਲ ਗਗਨਮਾਨ। ਤੁਸੀਂ ਤਸਵੀਰਾਂ ਦੇਖ ਪਾ ਰਹੇ ਨਿਊਜ਼ 18 ਪੰਜਾਬ 'ਤੇ ਕਿ ਕਿਸ ਤਰੀਕੇ ਦੇ ਨਾਲ ਅਨਮੋਲ ਗਗਨਮਾਨ ਅੱਜ ਤਿਆਰ ਨੇ। ਨਾਭਾ ਸਾਹਿਬ ਗੁਰਦੁਆਰੇ ਵਿੱਚ ਨਤਮਸਤਕ ਹਾਂ, ਜਿੱਥੇ ਇਹ ਲਾਵਾਂ ਲੈਣਗੇ ਸ਼ਹਿਬਾਜ਼ ਸਿੰਘ ਸੋਹੀ ਜੀ ਦੇ ਨਾਲ, ਜਿੱਥੇ ਅੱਜ ਵਿਆਹ ਦੇ ਬੰਧਨ ਵਿੱਚ ਬੱਝ ਜਾਣਗੇ। ਤੁਸੀਂ ਤਸਵੀਰਾਂ ਦੇਖ ਪਾ ਰਹੇ ਹੋ ਲਾਈਵ ਤਸਵੀਰਾਂ ਨਿਊਜ਼ 18 ਪੰਜਾਬ 'ਤੇ ਅਨਮੋਲ ਗਗਨਮਾਨ ਦੀਆਂ। ਸ਼ਹਿਬਾਜ਼ ਸਿੰਘ ਸੋਹੀ ਜੋ ਕਿ ਅਨਮੋਲ ਗਗਨਮਾਨ ਜੀ, ਅੱਜ ਤੁਸੀਂ ਦੇਖ ਪਾ ਰਹੇ ਹੋ ਕਿ ਪੂਰੇ ਪਰਿਵਾਰ ਸਮੇਤ ਨਤਮਸਤਕ ਹੋ ਚੁੱਕੇ ਨੇ ਅਨਮੋਲ ਗਗਨਮਾਨ। ਤੁਸੀਂ ਤਸਵੀਰਾਂ ਦੇਖ ਪਾ ਰਹੇ ਹੋ ਗੁਰਦੁਆਰਾ ਸਾਹਿਬ ਦੇ ਬਿਲਕੁਲ ਬਾਹਰ ਕੇ ਅਨਮੋਲ ਗਗਨਮਾਨ ਅੱਜ ਪੂਰੇ ਵਿਆਹੀ ਜੋੜੇ ਦੇ ਵਿੱਚ ਪੂਰੇ ਤਿਆਰ ਨੇ। ਸ਼ਹਿਬਾਜ਼ ਸਿੰਘ ਸੋਹੀ ਜੀ ਦੇ ਨਾਲ ਅੱਜ ਲਾਵਾਂ ਲੈਣਗੇ। ਤੁਸੀਂ ਲਾਈਵ ਤਸਵੀਰਾਂ ਦੇਖ ਪਾ ਰਹੇ ਨਿਊਜ਼ 18 ਪੰਜਾਬ 'ਤੇ, ਪੂਰੇ ਪਰਿਵਾਰ ਦੇ ਨਾਲ ਅਨਮੋਲ ਗਗਨਮਾਨ ਜੀ ਨਤਮਸਤਕ ਨੇ। ਆ ਤੁਸੀਂ ਤਸਵੀਰਾਂ ਦੇਖ ਪਾ ਰਹੇ ਹੋ ਲਾਈਵ ਨਿਊਜ਼ 18 ਪੰਜਾਬ 'ਤੇ।